ਅੰਮ੍ਰਿਤਸਰ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਰੰਗਲਾ ਪੰਜਾਬ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ। ਇਸ ਦਾ ਆਗਾਜ਼ ਹੋ ਚੁੱਕਿਆ ਸਮਾਗਮ ਦਾ, ਤਾਂ 29 ਫਰਵਰੀ ਤੱਕ ਇਹ ਪੂਰਾ ਪ੍ਰੋਗਰਾਮ ਚੱਲੇਗਾ। ਸਮਾਗਮ ਦੇ ਵਿੱਚ ਪੰਜਾਬ ਦੀਆਂ ਮੁਟਿਆਰਾਂ ਨੇ ਗਿੱਧਾ ਪਾਇਆ, ਇਸ ਪ੍ਰੋਗਰਾਮ ਨੂੰ 4 ਚਰਨ ਲਿਖਾ ਦਿੱਤੇ ਮੁਟਿਆਰਾਂ ਦੇ ਵੱਲੋਂ। ਪੰਜਾਬ ਸਰਕਾਰ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਵੀ ਕੀਤੀ ਗਈ। ਸਿਰਾਲੀ ਮੁਟਿਆਰਾਂ ਨੇ ਲੋਕਾਂ ਨੂੰ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਦੇ ਨਾਲ ਜੁੜਨ ਦੀ ਅਪੀਲ ਵੀ ਕੀਤੀ। ਕੱਲ ਤੋਂ ਰੰਗਲਾ ਪੰਜਾਬ ਸਮਾਗਮ ਦੀ ਸ਼ੁਰੂਆਤ ਹੋ ਚੁੱਕੀ ਆ। ਅੱਜ ਅਸੀਂ ਪੁੱਜੇ ਸੀ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਗਰਾਊਂਡ ਵਿੱਚ, ਜਿਹਦੇ ਵਿੱਚ ਵੱਖ ਵੱਖ ਕਾਲਜਾਂ ਦੇ ਜਿਹੜੇ ਬੱਚਿਆਂ ਵੱਲੋਂ ਪਰਫੋਰਮ ਦਿੱਤੀ ਜਾ ਰਹੀ ਹੈ। ਅੰਮ੍ਰਿਤਸਰ ਦੇ BBK DAV ਕਾਲਜ ਦੇ ਵੱਲੋਂ ਵੀ ਜਿਹੜੀ ਆ ਉਹਨਾਂ ਟੀਮ ਵੱਲੋਂ ਜਿਹੜਾ ਗਿੱਧਾ ਦੀ ਅੱਜ ਪਰਫੋਰਮ ਦਿੱਤੀ ਗਈ। ਮੈਂ BBK DAV ਕਾਲਜ ਫਾਰ ਵੁਮੈਨ ਅੰਮ੍ਰਿਤਸਰ ਦੇ ਵਿੱਚ 2008 ਤੋਂ ਜੁੜੀ ਹੋਈ ਹਾਂ, ਅਤੇ ਮੈਂ ਗਿੱਧੇ ਦੀ ਟੀਮ ਨਾਲ ਵੀ 2008 ਤੋਂ ਹੀ ਹਾਂ। ਮੈਂ ਡਾਕਟਰ ਪਰਮਜੀਤ ਕੌਰ। ਐਕਚੁਲੀ ਗਿੱਧਾ ਜਿਹੜਾ ਦਿਲ ਦੇ ਭਾਵਾਂ ਨੂੰ ਬਿਆਨ ਕਰਨ ਵਾਲੀ ਇੱਕ ਲੋਕ ਨਾਚ ਹੈ। ਗਿੱਧੇ ਦੇ ਵਿੱਚ ਜਿਹੜੀਆਂ ਪੰਜਾਬੀ ਮੁਟਿਆਰਾਂ ਹੈ ਆਪਣਾ ਹਾਵ ਭਾਵ ਪ੍ਰਗਟ ਕਰਦੀਆਂ, ਚਾਹੇ ਉਹ ਗੁੱਸਾ ਗਿੱਲਾ ਹੋਏ, ਚਾਹੇ ਉਹ ਮਾਂ ਬਾਪ ਦੀ ਗੱਲ ਹੋਏ, ਚਾਹੇ ਪਤੀ ਦੇ ਨਾਲ ਗੱਲ ਹੋਏ, ਚਾਹੇ ਦਿਓਰ ਦੀ ਹੋਏ, ਆਪਣੇ ਰਿਸ਼ਤਿਆਂ ਨੂੰ ਲੈ ਕੇ ਆਪਣੇ ਆਪ ਆਪਣੇ ਹਾਵ ਭਾਵਾਂ ਨੂੰ ਲੈ ਕੇ ਉਹ ਆਪਣੇ ਵਿਅਕਤ ਕਰਦੀਆਂ ਹਨ। ਅਤੇ ਇਹ ਪੰਜਾਬ ਸਰਕਾਰ ਦਾ ਬੜਾ ਵਧੀਆ ਉਪਰਾਲਾ ਹੈ ਕਿ ਰੰਗਲਾ ਪੰਜਾਬ ਉਤਸਵ ਇਹ 7 ਦਿਨ ਮਨਾ ਰਹੇ ਹੈ ਵੱਖਰੀ ਵੱਖਰੀ ਜਗ੍ਹਾ 'ਤੇ, ਜਿਸ ਵਿੱਚ ਪੰਜਾਬ ਦੇ ਸਾਰੇ ਰੰਗ ਪੇਸ਼ ਹੋ ਰਹੇ ਹਨ, ਚਾਹੇ ਉਹ ਪਹਿਰਾਵਾ ਹੈ, ਚਾਹੇ ਉਹ ਲੋਕ ਗੀਤ ਹੈ, ਲੋਕ ਨਾਚ ਹੈ, ਗਿੱਧਾ ਹੈ, ਭੰਗੜਾ ਹੈ, ਚਾਹੇ ਉਹ ਗੱਤਕਾ ਹੈ, ਕੁਛ ਵੀ ਹੈ। ਪੰਜਾਬੀ ਸੱਭਿਆਚਾਰ ਨੂੰ ਹੋਰ ਅੱਗੇ ਲੈ ਕੇ ਜਾਣ ਲਈ ਇਹ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ। ਅਸੀਂ ਸੁਣਦੇ ਹਾਂ ਕਿ ਜਿਹੜਾ ਪੰਜਾਬ ਦੇ ਅੱਜ ਕੱਲ੍ਹ ਦੇ ਗੱਭਰੂ ਹੈ, ਮੁਟਿਆਰ ਹੈ, ਉਹ ਪੁਰਾਣਾ ਸੱਭਿਆਚਾਰ ਭੁੱਲਦੇ ਜਾ ਰਹੇ ਹਨ, ਤੁਸੀਂ ਇਸ ਕਿੱਤੇ ਨਾਲ ਜੁੜੇ, ਤੁਹਾਨੂੰ ਕੀ ਲੱਗਦਾ ਕਿ ਕਿੰਨੀ ਕੁ ਸੱਚਾਈ ਹੈ ਇਸ ਦੇ ਵਿੱਚ? ਹਾਂਜੀ, ਨਹੀਂ, ਸੱਚਮੁੱਚ ਇਹ ਜਿਹੜੇ ਸਾਡੇ ਅੱਜ ਦੇ ਗੱਭਰੂ ਨੌਜਵਾਨ ਹੈ, ਮੁਟਿਆਰਾਂ, ਇਹ ਭੁੱਲ ਰਹੇ ਹੈ ਵਿਰਸੇ ਨੂੰ। ਪਰ ਅਧਿਆਪਕ ਹੋਣ ਦੇ ਨਾਤੇ ਜਾਂ ਫਿਰ ਸਰਕਾਰ ਦੇ ਉਪਰਾਲੇ, ਲਗਾਤਾਰ ਸਰਕਾਰ ਦੇ ਉਪਰਾਲੇ ਚੱਲਦੇ ਆ, ਚਾਹੇ ਬੱਚੇ ਭੁੱਲ ਰਹੇ ਹਨ, ਪਰ ਇਹ ਪੰਜਾਬ ਦੇ ਵਿੱਚ ਚਾਹੇ ਕੋਈ ਆਫਤ ਹੈ, ਚਾਹੇ ਮੁਸੀਬਤ ਹੈ, ਪਰ ਪੰਜਾਬ ਦੇ ਲੋਕ ਹਮੇਸ਼ਾ ਹੀ ਜ਼ਿੰਦਾ ਦਿਲੀ ਦੇ ਨਾਲ ਰਹਿੰਦੇ ਹਨ, ਬੜੇ ਜ਼ਿੰਦਾ ਦੇ ਲੋਕ ਹਨ। ਅਤੇ ਇਹ ਉਪਰਾਲੇ ਸਕੂਲਾਂ 'ਚ, ਕਾਲਜਾਂ ਦੇ ਵਿੱਚ, ਜਿਵੇਂ ਤੁਸੀਂ ਦੇਖੋ ਕਿ 21 ਫਰਵਰੀ ਨੂੰ ਮਾਤ ਭਾਸ਼ਾ ਦਿਵਸ ਵੀ ਮਨਾਇਆ ਗਿਆ, ਹਰ ਸਾਲ ਮਨਾਇਆ ਜਾਂਦਾ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ, ਅਤੇ ਬੱਚਿਆਂ ਨੂੰ ਅਸੀਂ ਕਿਸੇ ਨਾ ਕਿਸੇ ਕਾਰਜਕ੍ਰਮ ਦੇ ਨਾਲ, ਕਿਸੇ ਕੋਈ ਨਾ ਕੋਈ ਵੀ ਪ੍ਰੋਗਰਾਮ ਹੋਵੇ, ਅਸੀਂ ਇਹਨਾਂ ਨੂੰ ਵਿਰਾਸਤ ਦੇ ਨਾਲ, ਵਿਰਸੇ ਦੇ ਨਾਲ ਜੋੜੀ ਰੱਖਦੇ ਹਾਂ। ਸਾਡੇ ਕਾਲਜ ਦੇ ਪ੍ਰਿੰਸੀਪਲ ਮੈਡਮ, ਉਹਨਾਂ ਦੀ ਅਗਵਾਈ ਹੇਠ ਅਸੀਂ ਇਹਨਾਂ ਬੱਚਿਆਂ ਨੂੰ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਕਿਸੇ ਨਾ ਕਿਸੇ ਪ੍ਰੋਗਰਾਮ ਰਾਹੀਂ ਇਹਨਾਂ ਨੂੰ ਜੋੜੀ ਰੱਖਦੇ ਹਾਂ, ਤਾਂ ਕਿ ਉਹ ਆਪਣੇ ਵਿਰਸੇ ਨੂੰ ਨਾ ਭੁੱਲਣ। ਮੈਮ, ਤੁਹਾਡਾ ਮੈਮ ਕੀ ਨਾਮ ਹੈ, ਤੁਸੀਂ ਕਦੋਂ ਤੋਂ ਗਿੱਧਾ ਸਿੱਖ ਰਹੇ ਹੋ ਅਤੇ ਤੁਸੀਂ ਕਿਹਦੇ ਵੱਲ ਵੇਖ ਕੇ ਪ੍ਰੇਰਿਤ ਹੋਏ ਸੀਗੇ, ਤੁਹਾਡਾ ਕਦੋਂ ਮਨ ਕੀਤਾ ਕਿ ਹਾਂ ਮੈਨੂੰ ਗਿੱਧਾ ਪਾਉਣਾ ਚਾਹੀਦਾ, ਸਿੱਖਣਾ ਚਾਹੀਦਾ? ਮੇਰਾ ਨਾਮ ਹਰਸਿਮਰ ਕੌਰ ਹੈ, ਅਤੇ ਮੈਂ ਗਿੱਧਾ, ਮੈਂ ਬਚਪਨ ਤੋਂ ਹੀ, ਮੈਨੂੰ ਗਿੱਧਾ ਬਹੁਤ ਪਸੰਦ ਸੀਗਾ, ਬਟ ਮੈਨੂੰ ਕਦੇ ਕੋਈ ਨਾ ਉਹ ਨਹੀਂ ਮਿਲਦਾ ਹੁੰਦਾ ਸੀਗਾ ਕਿ ਮਤਲਬ ਕਿ ਕਰਨਾ ਆ ਕਿਸੇ, ਕਿਉਂਕਿ ਬੱਚੇ ਸੀਗੇ, ਬੱਚਿਆਂ ਨੂੰ ਮਤਲਬ ਕਿ ਘਰ ਦੇ ਘੱਟ ਹੀ ਭੇਜਦੇ ਹੁੰਦੇ ਆ ਕਿ ਨਹੀਂ ਅੱਗੇ ਨਹੀਂ ਜਾਣਾ ਇਹ ਵੋ, ਕਿ ਮਤਲਬ ਕਿ ਡਾਂਸ ਹੈ ਕਈਆਂ ਨੂੰ ਹੁੰਦਾ ਆ, ਬਟ ਮੈਨੂੰ ਹਮੇਸ਼ਾ ਮੇਰੇ ਮਨ 'ਚ ਰੀਝ ਹੁੰਦੀ ਸੀਗੀ ਕਿ ਨਹੀਂ ਮੈਂ ਕਰਨਾ ਹੈ, ਕਿਸੇ ਨਾ ਕਿਸੇ ਟਾਈਮ 'ਤੇ ਮੈਂ ਕਰੂੰਗੀ। ਬਟ ਜਦੋਂ ਮੈਂ ਕਾਲਜ ਆ ਕੇ ਮੈਂ ਟੀਚਰਸ ਨਾਲ ਗੱਲ ਹੋਈ, ਟੀਚਰਸ ਨੇ ਮੈਂ ਉਹਨਾਂ ਨੂੰ ਦੱਸਿਆ ਕਿ ਮੈਨੂੰ ਇੱਦਾਂ ਸ਼ੌਂਕ ਹੈ, ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਆਪਾਂ ਤੈਨੂੰ ਲੈਂਦੇ ਹਾਂ ਟੀਮ 'ਚ, ਫਿਰ ਉਹਨਾਂ ਨੇ ਮੈਨੂੰ ਸਿਖਾਇਆ ਅਤੇ ਮੈਂ ਉੱਦਾਂ ਹੀ ਗਿੱਧਾ ਪਰਫੋਰਮ ਕੀਤਾ, ਅਤੇ ਮੈਨੂੰ ਬਹੁਤ ਵਧੀਆ ਲੱਗਾ। ਮੈਨੂੰ ਸ਼ੁਰੂ ਤੋਂ ਹੀ ਬਹੁਤ ਵਧੀਆ ਲੱਗਦਾ ਹੁੰਦਾ ਸੀ ਪੰਜਾਬੀ ਵਿਰਸਾ ਪਲੱਸ ਗਿੱਧਾ,
ਭੰਗੜਾ ਬਹੁਤ ਵਧੀਆ ਲੱਗਦਾ ਸੀ, ਜੋ ਕਿ ਮੈਨੂੰ ਹਮੇਸ਼ਾ ਵਧੀਆ ਹਮੇਸ਼ਾ ਮੈਨੂੰ ਬਹੁਤ ਹੀ ਵਧੀਆ ਲੱਗਦਾ ਸੀਗਾ, ਅਤੇ ਮੈਂ ਹੁਣ ਵੀ ਚਾਹੁੰਦੀ ਹਾਂ ਕਿ ਮੈਂ ਅੱਗੇ ਵੀ ਇੱਦਾਂ ਕਰਾਂ, ਆਪਣੀ ਪਰਫੋਰਮੈਂਸ ਦੇਵਾਂ, ਗਿੱਧਾ ਕਰਾਂ, ਭੰਗੜਾ ਕਰਾਂ। ਮੈਨੂੰ ਲੱਗਦਾ ਹੈ ਕਿ ਪੰਜਾਬ ਸਰਕਾਰ ਨੂੰ ਇਹ ਉਪਰਾਲਾ ਕਰਨ ਦਾ ਤਰੀਕਾ ਬਹੁਤ ਵਧੀਆ, ਤਾਂ ਹੋਰ ਵੀ ਕਰਨੇ ਚਾਹੀਦੇ। ਇਹਦੇ ਨਾਲ ਇਹ ਵੀ ਜਿਹੜੇ ਬੱਚੇ ਸਾਰੇ ਆ ਉਹ ਆਪਣੇ ਸੱਭਿਆਚਾਰ ਨਾਲ ਜੁੜਦੇ ਆ, ਉਹ ਭੰਗੜਾ ਹੋਵੇ, ਗਿੱਧਾ ਹੋਵੇ, ਖਾਣ ਪੀਣ ਹੋਵੇ, ਕਿਉਂਕਿ ਜ਼ਿਆਦਾ ਜਿਹੜੇ ਬੱਚੇ ਉਹ ਫੋਨਾਂ ਦੇ ਅਡਿਕਟ ਹੋ ਜਾਏ, ਜੇ ਇੱਦਾਂ ਦੇ ਮੇਲੇ ਲੱਗਣਗੇ ਉਹ ਤਾਂ ਘਰਾਂ ਤੋਂ ਬਾਹਰ ਜ਼ਰੂਰ ਆਉਣਗੇ ਵੇਖਣ, ਵੀ ਚਲੋ ਇੱਕ ਕਹਿਣ ਮਨੋਰੰਜਨ ਦੇ ਨਾਤੇ ਭਾਵੇਂ ਉਹ ਵੇਖਣ ਆਉਣ, ਪਰ ਆਉਣਗੇ ਜ਼ਰੂਰ, ਉਹਨਾਂ ਨੂੰ ਕੁਝ ਨਾ ਕੁਝ ਆਪਣੇ ਸੱਭਿਆਚਾਰ ਬਾਰੇ ਤਾਂ ਪਤਾ ਜ਼ਰੂਰ ਹੀ ਲੱਗੂਗਾ। ਇਹ ਸਾਡੇ ਸੱਭਿਆਚਾਰ ਨੂੰ ਇੰਝ ਦਰਸਾਇਆ ਕਿ ਕਈ ਚੀਜ਼ਾਂ ਸਾਨੂੰ ਪਤਾ ਵੀ ਨਹੀਂ ਹੁੰਦੀਆਂ ਕਿ ਉਹ ਸਾਡੇ ਸੰਸਕਾਰ, ਸਾਡੇ ਜਿਹੜੇ ਸੱਭਿਆਚਾਰ ਦਾ ਹਿੱਸਾ ਹਨ, ਉਹ ਸਾਨੂੰ ਇੱਥੇ ਆ ਕੇ ਪਤਾ ਲੱਗਦੀਆਂ ਸਨ। ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੇਰੇ ਕਾਲਜ ਨੇ ਮੈਨੂੰ ਇਹ ਮੌਕਾ ਦਿੱਤਾ ਕਿ ਮੈਂ ਇੱਥੇ ਆਵਾਂ। ਕੈਮਰਾਮੈਨ ਦਲੀਪ ਦੇ ਨਾਲ ਪਰਸ਼ਰਮਾ, ਅਜ਼ੀਮ ਮੀਡੀਆ, ਅੰਮ੍ਰਿਤਸਰ।